ਤੇ ਹੁਣ ਤੁਹਾਨੂੰ ਇੱਕ ਅਜਿਹੇ ਸਿੱਖ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਤਨ ਮਨ ਦੇ ਨਾਲ ਸਿੱਖੀ ਦੀ ਸਿਖਾਉਂਦਾ ਹੈ। ਸਿੱਖੀ ਦੇ ਪ੍ਰਚਾਰ ਦੇ ਲਈ ਇਹ ਨੌਜਵਾਨ ਨੌਜਵਾਨਾਂ ਨੂੰ ਪੱਗ ਬੰਨਣੀ ਸਿਖਾਉਂਦਾ ਹੈ। ਮਨਜੀਤ ਸਿੰਘ ਨਾਮੀ ਇਸ ਨੌਜਵਾਨ ਨੇ ਹੁਣ ਤੱਕ 1250 ਨੌਜਵਾਨਾਂ ਨੂੰ ਪੱਗ ਬੰਨਣੀ ਸਿਖਾਈ ਹੈ। ਇਹ ਸ਼ਖਸ ਕੇਵਲ 5 ਮਿੰਟਾਂ ਵਿੱਚ ਹੀ ਹਰ ਤਰ੍ਹਾਂ ਦੀ ਪਗੜੀ ਆਪਣੇ ਸਿਰ ਤੇ ਸਜਾ ਸਕਦਾ ਹੈ। ਮਨਜੀਤ ਨਾਮ ਇਹ ਨੌਜਵਾਨ ਮਹਿਜ 18 ਸਾਲਾਂ ਦਾ ਹੀ ਹੈ ਅਤੇ ਇਸ ਹੋਣਹਾਰ ਸਿੱਖ ਤੋਂ ਹੁਣ ਤੱਕ ਪਿਛਲੇ 1.5 ਸਾਲਾਂ ਵਿੱਚ 1250 ਲੋਕ ਪਗੜੀ ਬੰਨਣੀ ਸਿੱਖ ਚੁੱਕੇ ਨੇ। ਸੋ ਹੁਣ ਤੁਸੀਂ ਵੀ ਤਿਆਰ ਹੋ ਜਾਓ ਮਨਜੀਤ ਦਾ ਹੁਨਰ ਦੇਖਣ ਲਈ। ਅੱਖਾਂ ਤੇ ਪੱਟੀ ਬੰਨ ਕੇ ਪੱਗ ਬੰਨ ਕੇ ਦਿਖਾਵੇਗਾ। ਇਹ ਨੌਜਵਾਨ ਸੇਵਾ ਕਰਕੇ ਸਿੱਖੀ ਨੂੰ ਬਚਾਉਣਾ ਚਾਹੁੰਦਾ ਹੈ। ਮਨਜੀਤ ਦਾ ਮੰਨਣਾ ਹੈ ਕਿ ਜੇਕਰ ਉਸ ਦੀ ਸੇਵਾ ਪ੍ਰਵਾਨ ਕਰ ਧਾਰਮਿਕ ਸੰਸਥਾ ਉਸ ਨੂੰ ਕੋਈ ਮੌਕਾ ਦੇਵੇ ਤਾਂ ਪਗੜੀ ਦੀ ਜਾਂਚ ਨਾ ਆਉਣ ਕਾਰਨ ਪਤਿਤ ਹੋ ਰਹੇ ਸਿੱਖਾਂ ਦੇ ਕੇਸ ਕਤਲ ਹੋਣ ਤੋਂ ਬਚਾ ਸਕਦਾ ਹੈ। ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਮੈਂ 1.5 ਸਾਲ ਦੇ ਵਿੱਚ ਯਾਰ 1200 ਦੇ ਕਰੀਬ ਸਟੂਡੈਂਟ ਸਿਖਲਾਈ ਦੇ ਸਕਦਾ, ਜੇ ਹਰ ਇੱਕ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਅਕੈਡਮੀਆਂ ਖੋਲੀਆਂ ਜਾਣ ਤੇ ਕਿਉਂ ਨਾ ਅਸੀਂ ਸਿੱਖੀ ਨੂੰ ਪ੍ਰਫੁੱਲਿਤ ਕਰ ਸਕੀਏ। ਅਜੇ ਨਿੱਕੀ ਜਿਹੀ ਉਮਰ ਵਿੱਚ ਹੀ ਹਰ ਤਰ੍ਹਾਂ ਦੀ ਪਗੜੀ ਦਾ ਹੁਨਰ ਆਉਣਾ ਅਕਾਲ ਪੁਰਖ ਦੀ ਮਿਹਰ ਮੰਨੀ ਜਾ ਸਕਦੀ ਹੈ, ਪਰ ਜੇਕਰ ਧਾਰਮਿਕ ਸੰਸਥਾਵਾਂ ਅਜਿਹੇ ਨੌਜਵਾਨ ਨੂੰ ਸੇਵਾ ਦਾ ਮੌਕਾ ਦੇਣ ਤਾਂ ਧਰਮ ਪ੍ਰਚਾਰ ਦਾ ਕਾਰਜ ਵੀ ਇਹ ਸ਼ਖਸ ਬਾਖੂਬੀ ਨਿਭਾ ਸਕਦਾ ਹੈ। ਨਿਊਜ਼ ਡੈਸਕ ਤੋਂ ਜਸਵੀਰ ਸਿੰਘ ਦੇ ਨਾਲ ਇਰਵਿੰਦਰ ਆਲੂਵਾਲੀਆ, ਪੀਟੀਸੀ ਨਿਊਜ਼।